ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਾਰੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਆਪਨੇ ਭਗਵੰਤ ਮਾਨ ਦਿੱਤੀ ਖੁੱਲੀ ਛੁੱਟੀ ਹੁਣ ਪੰਜਾਬ ਸਰਕਾਰ ਕਰਵਾਏਗੀ ਬੱਲੇ ਬੱਲੇ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਵਿੱਚ ਅੱਜ ਮੰਤਰੀ ਮੰਡਲ ਦੀ ਸੂਚਕ ਸਮਾਗਮ ਹੋਇਆ ਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਭਗਵੰਤ ਮਾਨ ਦੀ ਕੈਬਨਿਟ ਮੀਟਿੰਗ ਵੀ ਹੋਈ ਮੰਤਰੀਆਂ ਦੀ ਸੋਚੋ ਸਮਾਗਮ ਪੰਜਾਬ ਰਾਜ ਭਵਨ ਵਿਖੇ ਹੋਇਆ ਜਿਸ ਦੇ ਵਿੱਚ ਸੋ ਚੁੱਕਣ ਲਈ ਆਏ ਮੰਤਰੀਆਂ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਨਵੇਂ ਚੁਣੇਗੇ ਵਿਧਾਇਕ ਵੀ ਨਜ਼ਰ ਸਨ ਭਾਰੀ சூரਨ ਨਾਰਤੇ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਆਵਿਨ ਕਿ ਜੀ ਵਾ ਨਜ਼ਰ ਆਇਸ ਗਏ ਸੋ ਚੁੱਕ ਸਮਾਗਮ ਵਿੱਚ ਦਿੱਲੀ ਨਾਲ ਸੰਬੰਧਿਤ ਇੱਕ ਵੀ ਮੰਤਰੀ ਜਾ ਆਗੂ ਮੌਜੂਦ ਨਹੀਂ ਸੀ ਇਤੋਂ ਤੱਕ ਕਿ ਪੰਜਾਬ ਚੋਣਾਂ ਦਾ ਇਜਾਜ਼ਤ ਦਿੱਲੀ ਤੇ ਆਪ ਵਿਧਾਇਕ ਜਰਨੈਲ ਸਿੰਘ ਤੇ ਪੰਜਾਬ ਦੇ ਸਹਿ ਇਨਚਾਰਜ ਅਗਵ ਚੱਡਾ ਵੀ ਹਾਜ਼ਰ ਹੋਏ ਜਾਣਕਾਰੀ ਦੇ ਮੁਤਾਬਿਕ ਦਿੱਲੀ ਚ ਇਸ ਪ੍ਰੋਗਰਾਮ ਲਈ ਕਿਸੇ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ ਇੱਥੇ ਹੀ ਬਸ ਕੁਝ ਦਿਨ ਪਹਿਲਾਂ ਭਗਵੰਤ ਮਾਨ ਦੀ ਸੋਚ ਚੁੱਕਾ ਨਾ ਸਬੰਧਿਤ ਇਤਿਸ਼ਹਾਰਾਂ ਚ ਸਿਰਫ ਮਾਨ ਹੀ ਦੇਖਣ ਨੂੰ ਮਿਲਲੇ ਕੋਈ ਹੋਰ ਚਿਹਰਾ ਨਜ਼ਰ ਨਹੀਂ ਆਇਆ ਦਰਅਸਲ ਭਗਵੰਤ ਮਾਨ ਚੋਣਾ ਤੋਂ ਪਹਿਲਾਂ ਪੰਜਾਬ ਚ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਉਹਨਾਂ ਨੇ ਪੰਜਾਬ ਦੀ ਕਮਾਂਡ ਕਾਫੀ ਹੱਦ ਤੱਕ ਆਪਨੇ ਹੱਥ ਚ ਰੱਖਿਆ ਹੈ ਇਥੇ ਇਹੀ ਮੰਨਿਆ ਜਾ ਰਿਹਾ ਕਾਂਗਰਸ ਦੀ ਵੱਡੀ ਜਿੱਤ ਪਿੱਛੇ ਭਗਵੰਤ ਮਾਨ ਦਾ ਵੀ ਚਿਹਰਾ ਹੈ ਇਹੀ ਕਾਰਨ ਕਿ ਅਰਵਿੰਦ ਕੇਜੀਵਲ ਉਹਨਾਂ ਦੇ ਕਾਫੀ ਪ੍ਰੋਤਸਾਹ ਹੈ ਤੇ ਉਹ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੇ ਫੈਸਲੇ ਤੇ ਚੱਲੇ ਅਤੇ ਇਹ ਫੈਸਲਾ ਅਜੇ ਹੀ ਹੋਣ ਜੋ ਪਾਰਟੀ ਆਨ ਵਾਲੀਆਂ ਚੋਣਾਂ ਚ ਜਨਤਾ ਦੇ ਸਾਹਮਣੇ ਲੈ ਸਕੇ ਖਬਰ ਲਾ ਸਕਦੇ ਖੰਨੀ ਤੁਹਾਡਾ ਬਹੁਤ ਬਹੁਤ ਧੰਨਵਾਦ